ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ। ਅਤੇ ਅੱਜ ਦਾ ਆਪਣਾ ਬਲੌਗ ਹੈ ਅਤੇ ਉਹਨਾਂ 'ਚ ਹਵਾ ਬਹੁਤ ਤਰ੍ਹਾਂ ਨਿਕਲ ਜਾਂਦੀ ਹੈ ਅਤੇ ਇਹਦਾ ਪੈਂਚਰ ਵੀ ਹੈ ਅਤੇ ਆਹ ਚੀਜ਼ ਆਪਾਂ ਇਹਨਾਂ ਨੇ ਕੜਾਇਆ ਲਵਾਉਣਾ, ਵਿਚਾਰਾ ਖਰਾਬ ਹੋਇਆ ਪਿਆ। ਅਤੇ ਅੱਜ ਹੁਣ ਆਪਾਂ ਕਰਦੇ ਹਾਂ ਸਟਾਰਟ। ਪਹਿਲਾਂ ਤੇਲ ਪਾਣੀ ਚੈੱਕ ਕਰਕੇ ਰੂਟੀਨ ਆ ਆਪਣਾ, ਪਹਿਲਾਂ ਅਗਲਾ ਚੈੱਕ ਕਰਕੇ ਟਰੈਕਟਰ ਦਾ ਫਿਰ ਹੀ ਤੋੜ ਦਿੰਦੇ ਹਾਂ। ਅਤੇ ਹੁਣ ਇਹਨੂੰ ਕਰਦੇ ਹਾਂ ਸਟਾਰਟ। ਪਹਿਲਾਂ ਆਪਾਂ ਚੱਲਾਂਗੇ ਪੈਂਚਰ ਵਾਲੇ ਕੋਲ, ਉੱਥੇ ਟਾਇਰ ਖਿਲਾ ਕੇ ਅਤੇ ਮੁੜ ਕੇ ਅਤੇ ਫੁਟਕਾ ਜਿਹਾ ਲਾ ਕੇ ਅਤੇ ਉਵੇਂ ਮਿਸਤਰੀ ਕੋਲ ਲੈ ਜਾਵਾਂਗੇ। ਹੈਂ ਲਾ ਦਾ ਹੋਰ ਆਟਾ ਪਾਇਆ ਚੱਕ ਅੰਦਰ ਧਰਾ ਦੇ ਯਾਰ। ਕੂਲਰ ਕੋਲੇ ਰੱਖਿਓ ਅੰਦਰ ਕੂਲਰ ਦੇ ਨਾਲ। ਅਤੇ ਟਰੈਕਟਰ ਆਪਣਾ ਹੋ ਗਿਆ ਸਟਾਰਟ, ਅਤੇ ਚੱਕ ਲਈਆਂ ਵਿਚਾਰੇ ਨੇ ਸਾਰੀਆਂ। ਅਤੇ ਹੁਣ ਮਿਲਦੇ ਆਪਾਂ ਦੁਕਾਨ 'ਤੇ। ਇਹ ਪ੍ਰੋਸੀਜਰ ਹੋ ਗਿਆ ਚਾਲੂ, ਫੁੜਕਾ ਦੇ ਤਲ, ਅਤੇ ਹੁਣ ਆਪਾਂ ਇਹਨੂੰ ਬਣੇ ਤਣੇ ਨੂੰ ਐਂ ਦੁਕਾਨ 'ਤੇ ਲੈ ਜਾਵਾਂਗੇ। ਆਹ ਕਿੱਲੀ ਲਾਈ ਹੈ, ਆਹ ਦੇਖ ਲਓ ਅਤੇ ਮੁੰਡਾ ਟਾਇਰ ਖੁੱਲ੍ਹੀ ਜਾਂਦਾ। ਹੁਣ ਭਰੇ ਨੂੰ ਨਾ ਘੁੰਮ ਵੇਖਾਂਗੇ, ਇਹ ਪਾਸਾ ਹੀ ਫੋਰਨਾ ਨਾ ਹਨਾ। ਬਸ 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 ਖੜਾ ਲਾ, ਚੱਲ ਆਉਣ ਦੇ। ਹਾਂ ਹੁਣ ਸਹੀ ਹੈ ਨਾ, ਹੁਣ ਸਹੀ ਹੈ। ਅੱਗੇ ਪੈਣ ਵਾਲਾ ਠੋਕਦਾ ਸੀਗਾ। ਲਓ ਜੀ ਆਪਾਂ ਦੁਕਾਨ ਤੋਂ ਚੱਲ ਪਏ, ਤਾਂ ਦੇਖੋ ਟੈਨ ਟਾਇਰਾਂ ਦੇ ਅੱਜ ਆਪਣਾ ਸਵਰਾਜ। ਹੁਣ ਆਪਾਂ ਉਹ ਕਰਾਂਗੇ ਦੁਕਾਨ 'ਤੇ ਜਾ ਕੇ ਅਤੇ ਉਹ ਲਵਾ ਕੇ ਲਾਉਣੀ ਕਰਨੀ ਜੀ। ਪਰਸੋਂ ਕਰਾ ਦਿੰਦੇ ਅਤੇ ਜਾ ਕੇ ਨਾ ਬਲੌਗ ਬਣਾਓ। ਲਓ ਜੀ ਅਤੇ ਆਪਾਂ ਟਰੈਕਟਰ ਦਾ ਕੰਮ ਕਰਾਤਾ ਸੀਗਾ ਅਤੇ ਉਸ ਵੀ ਦਿਖਾ ਦਿੰਦੇ ਹਾਂ ਤੁਹਾਨੂੰ ਵੀਡੀਓ 'ਚ। ਅਤੇ ਮੁੜ ਕੇ ਹੁਣ ਮਾਤਾ ਨੇ ਖੇਤ ਆਏ ਪਹਿਲਾਂ ਕਰੇ ਸੀਗੇ ਅਤੇ ਕਹਿੰਦੇ ਫਲੀਆਂ ਤੋੜ ਕੇ ਲਿਆ, ਫਲੀਆਂ ਖਾਣੀਆਂ ਗੁਬਾਰੇ ਦੀਆਂ। ਅਤੇ ਹੈਗਾ ਐਡਾ ਐਡਾ ਗੁਬਾਰਾ, ਕੱਲ੍ਹ ਸਪਰੇਅ ਕਰੀਏ ਅਤੇ ਬਾਕੀ ਕੁਛ ਵੱਡਾ ਵੀ ਹੈਗਾ, ਪਰ ਇੱਥੇ ਹਜੇ ਨੇ ਕੋਰ ਚੱਕਿਆ ਨਹੀਂ ਗਾ, ਘੱਟ ਚੱਕਿਆ, ਮਤਲਬ ਕਿ ਫਲੀਆਂ ਨਹੀਂ ਬਣੀਆਂ, ਕੋਰ ਤੋਂ ਚੱਕੀ ਬੈਠਾ। ਅਤੇ ਉਹ ਦੇਖੋ ਆਹ ਦੇਖੋ ਕੋਰ ਪੂਰਾ ਚੱਕ ਰੱਖਿਆ ਪਰ ਫਲੀਆਂ ਨਹੀਂ ਹਜੇ ਬਣੀਆਂ ਫਲੀਆਂ। ਅਤੇ ਮੌਸਮ ਅੱਜ ਫਿਰ ਉਵੇਂ ਹੋਇਆ ਪਿਆ ਕਿਉਂਕਿ ਬਾਰਿਸ਼ ਦਾ ਪੂਰਾ ਮੌਸਮ ਬਣਿਆ ਖੜਾ, ਅਤੇ ਮੌਸਮ ਪੂਰਾ ਠੰਡਾ ਅਤੇ ਬਾਰਿਸ਼ ਵਾਲਾ ਮੌਸਮ ਹੋਇਆ ਪਿਆ। ਅਤੇ ਨਾਲੇ ਆਪਾਂ ਮਾਰਦੇ ਨਰਮੇ 'ਚ ਟਰਾਈ ਅਤੇ ਕਿਤੇ
ਮੱਛਰ ਮੁੱਛਰ ਤਾਂ ਮਰ ਗਿਆ ਅਤੇ ਆਹ ਦੇਖੋ ਪਾਣੀ ਬਾਹਲੇ ਮੀਂਹਾਂ ਨਾਲ ਵੀ ਹੋ ਜਾਂਦਾ ਦੇਖੋ। ਆਹ ਵਰਾਇਟੀ ਹੈ ਜੀ ਗੁਬਾਰੇ ਦੀ 601 ਅਤੇ ਇਹਦਾ ਬੀਜ ਰੱਖਾਂਗੇ ਆਪਾਂ ਅਤੇ ਨਾਲੇ ਮੈਂ ਕਿਹਾ ਚਲੋ ਫਲੀਆਂ ਤੋੜ ਲਿਆਵਾਂਗੇ ਅਤੇ ਨਾਲੇ ਨਰਮੇ ਦੇ ਟਰਾਈ ਮਾਰ ਲਾਂਗੇ ਕਿਉਂਕਿ ਹਜੇ ਇੱਕ ਵੀ ਆਪਾਂ ਸਪਰੇਅ ਸਟਾਰਟ ਨਹੀਂ ਕੀਤੀ ਕਿਉਂਕਿ ਹਾਈਟ ਥੋੜ੍ਹੀ ਜਿਹੀ ਘੱਟ ਹੈ ਨਰਮੇ ਦੀ ਤਾਂ ਕਰਕੇ ਅਤੇ ਸਪਰੇ ਕਰਨੀ ਲਾਜ਼ਮੀ ਪਊਗੀ। ਜੂਆਂ ਅਤੇ ਹਰਾ ਤੇਲਾ ਅਤੇ ਚਿੱਟਾ ਮੱਛਰ ਅਤੇ ਸੁੰਡੀ ਦੀ ਹਜੇ ਤੱਕ ਬੱਚਤ ਅਤੇ ਆ ਗਿਆ ਨਰਮਾ ਪਾਣੀ ਦੀ ਤਾਂ ਹੁਣ ਕਿਸੇ ਪਾਸੇ ਕੋਈ ਕਮੀ ਹੈ ਨਹੀਂ ਗੀ ਅਤੇ ਥੋੜ੍ਹੀ ਜਿਹੀ ਮੱਛਰ ਵੀ ਬਹੁਤ ਘੱਟ ਹੈ ਅਤੇ ਬਾਕੀ ਜੂਆਂ ਅਤੇ ਹਰਾ ਤਿਲ ਆ। ਹੁਣ ਆਪਾਂ ਚੱਲਦੇ ਹਾਂ ਗੁਆਰੇ 'ਚ ਗੁਆਂਢੀਆਂ ਦੇ ਗੁਆਰੇ 'ਚ ਵੇਖ ਕੇ ਆਉਂਦੇ ਹਾਂ ਕਿਉਂਕਿ ਆਪਣੇ ਤਾਂ ਤੁਹਾਨੂੰ ਪਤਾ ਗੁਆਰਾ ਸੁੱਟ ਹੈ ਅਤੇ ਮਿੱਥੋਂ ਅਤੇ ਹਜੇ ਤੱਕ ਦੇਖ ਲਓ ਪਾਣੀ ਬਾਹਣ ਪੂਰੇ ਉਹ ਪਏ ਗਿੱਲੇ ਗਾਰੇ ਵਰਗੇ ਲਓ ਜੀ ਆ ਗਏ ਗੁਬਾਰੇ 'ਚ ਅਤੇ ਗੁਬਾਰੇ ਦਾ ਕਾ ਦਿੱਤਾ ਬਹੁਤ ਪਰ ਫਲੀਆਂ ਮੈਨੂੰ ਇਹ 'ਚ ਵੀ ਨਹੀਂ ਲੱਗਦੀਆਂ ਸੀ ਕਿਉਂਕਿ ਜਿਹੜੀ ਪੱਕੀਆਂ ਪਹਿਲਾਂ ਵਾਲੀਆਂ ਫਲੀਆਂ ਸੀਗੀਆਂ ਉਹ ਤਾਂ ਗਈਆਂ ਪੱਕ ਅਤੇ ਜਿਹੜਾ ਮੀਂਹ ਤੋਂ ਬਾਅਦ ਦੁਬਾਰੇ ਕੋਰ ਚੱਕਿਆ ਅਤੇ ਉਹਦਾ ਹਜੇ ਆ ਦੇਖੋ ਇਹ ਜਿਹੜੀਆਂ ਪਹਿਲਾਂ ਵਾਲੀਆਂ ਫਲੀਆਂ ਪੱਕੀਆਂ ਫਲੀਆਂ ਇਹ ਕੱਚੀਆਂ ਫਲੀਆਂ ਹੈ ਨਹੀਂ। ਹੁਣ ਉਹ ਥੱਲੇ ਪਾਸੇ ਚੱਲਦੇ ਥੱਲੇ ਪਾਣੀ 'ਚ ਲਓ ਜੀ ਵੇਖੋ ਟਾਇਰ ਰਿਮ ਬਣਾ ਤਾ ਵਧੀਆ ਦੋ ਕੰਨੀਆਂ ਖਰਾਬ ਸੀਗੀਆਂ ਨਾ ਦੋ ਕੰਨੀਆਂ ਖਰਾਬ ਸੀਗੀਆਂ ਲਾਤੀਆਂ ਹੁਣ ਓਕੇ ਅਤੇ ਆਹ ਵੀ ਇੰਨੀਆਂ ਹੀ ਮਿਲੀਆਂ ਫਲੀਆਂ ਅਤੇ ਕੁਛ ਡੈਡੀ ਨੇ ਤੋੜੀਆਂ ਉਹ ਵੀ ਤੁਹਾਨੂੰ ਦਿਖਾਉਂਦੇ ਗੁੰਮ ਹੋਇਆ ਪਿਆ ਅਤੇ ਗੁੰਮ ਕਰਕੇ ਨਾ ਪੱਖਾ ਛੱਡਣ ਦੇ ਪੱਖਾ ਹੀ ਛੱਡ ਫਿਰ ਪੀਵਾਂਗੇ ਪਾਣੀ ਫਿਰ ਕਰਾਂਗੇ ਗੱਲਬਾਤ। ਇਹ ਮੈਂ ਲਿਆ ਤੋੜ ਕੇ ਅਤੇ ਡੈਡੀ ਲਿਆ ਚਲੋ ਸਬਜ਼ੀ ਬਣ ਜੂਗੀ ਕਿਉਂਕਿ ਕੋਈ ਸਬਜ਼ੀਆਂ ਮਹਿੰਗੀਆਂ ਬਹੁਤ ਹੋ ਗਈਆਂ ਬਾਰਿਸ਼ਾਂ ਕਰਕੇ ਫਸਲਾਂ ਅਤੇ ਸਬਜ਼ੀਆਂ ਬੱਲਾਂ ਬੁੱਲਾਂ ਹੋ ਗਈਆਂ ਖਰਾਬ ਗੁਬਾਰਿਆਂ ਦੇ ਜਾਣੇ ਸਾਰੇ ਹਾਈ ਟੈਂਪਰੇਚਰ ਮਤਲਬ ਕਿ ਹੁਣ ਕੱਦੂ 130-140 ਰੁਪਏ ਮਿਲਦੇ ਆ 100 ਤੋਂ ਲੈ ਕੇ ਲਓ ਜੀ ਕਿਲੋ ਤਾਂ ਨਹੀਂ ਅੱਧਾ ਕਿਲੋ ਤਾਂ ਜ਼ਿਆਦਾ ਅਤੇ ਕਿਲੋ ਤਾਂ ਹੁਣ ਪੀਂਦੇ ਪਾਣੀ ਅਤੇ ਮੁੜ ਕੇ ਚੱਲਦੇ ਹੁਣ ਘਰ ਨੂੰ।